ਸਤ ਸ੍ਰੀ ਅਕਾਲ ਜੀ ਫੋਰ ਸਭ ਠੀਕ ਠਾਕ ਹੋ ਮੈਂ ਜਤਿੰਦਰ ਸਿੰਘ ਖਹਿਰਾ ਤੇ ਤੁਸੀਂ ਦੇਖਦੇ ਪਈਓ ਯੂਰਪ ਤੋਂ ਪੰਜਾਬੀ ਚੈਨਲ ਤੇ ਅੱਜ ਆਪਾਂ ਨਵੀਂ ਵੀਡੀਓ ਲਾ ਕੇ ਫੇਰ ਆਜ ਰਹੇ ਹਾਂ ਜੋ ਕਿ ਇਟਾਲੀਅਨ ਟੂ ਇੰਗਲਿਸ਼ ਇਟਾਲੀਅਨ ਸਿੱਖੋ ਇਨ ਪੰਜਾਬੀ ਇਹ ਇਦਾਂ ਦੀਆਂ ਜਿਦਾ ਆਪਣੀਆਂ ਵੀਡੀਓਆਂ ਹੈਗੀਆਂ ਇਟਾਲੀਅਨ ਟੂ ਪੰਜਾਬੀ ਪੰਜਾਬੀ ਟੂ ਇਟਾਲੀਅਨ ਤੇ ਆਪਾਂ ਇਟਾਲੀਅਨ ਵਾਸਤੇ ਜਿਦਾ ਇਟਾਲੀਅਨ ਸਿੱਖਣ ਵਾਸਤੇ ਤਾਂ ਆਪਾਂ ਵੀਡੀਓ ਬਣਾਉਂਦੇ ਆ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਇਹ ਹਫ਼ਤਿਆਂ ਦੇ ਹਫ਼ਤੇ ਦੇ ਵਿੱਚ ਜਿਹੜੇ ਦਿਨਾਂ ਦੇ ਨਾਮ ਹੁੰਦੇ ਨਾ ਇਟਾਲੀਅਨ ਦੇ ਵਿੱਚ ਉਹ ਆਪਾਂ ਦੱਸਾਂਗੇ ਠੀਕ ਹੈ ਇਹ ਆਪਾਂ ਨੂੰ ਜਿੱਦਾਂ ਮੈਸੇਜ ਆਇਆ ਸੀਗਾ ਜਿੱਦਾਂ ਉਹਨਾਂ ਦਾ ਕਰਕੇ ਇਦਾਂ ਆਪਾਂ ਸਪੈਸ਼ਲ ਵੀਡੀਓ ਬਣਾਈ ਹੈ ਜੇ ਤੁਹਾਨੂੰ ਲੋਡ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਤੇ ਜੇ ਤੁਹਾਨੂੰ ਕੋਈ ਹੋਰ ਕੋਈ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਇਸ ਚੀਜ਼ ਦੀ ਵੀਡੀਓ ਬਣੇ ਅਸੀਂ ਸਿੱਖਣਾ ਚਾਹੁੰਦੇ ਹਾਂ ਕੁਝ ਤੇ ਸਾਨੂੰ ਦੱਸਿਓ ਆਪਾਂ ਉਹਦੇ ਬਾਰੇ ਵੀਡੀਓ ਬਣਾਵਾਂਗੇ ਕੋਸ਼ਿਸ਼ ਕਰਾਂਗੇ ਜਿੱਦਾਂ ਬਿਲਕੁਲ ਪਰਫੈਕਟ ਬਣੇ ਬਾਕੀ ਜੇ ਕੋਈ ਵਾਧਾ ਘਾਟਾ ਹੋ ਜਾਵੇ ਉਹਦੇ ਵਾਸਤੇ ਮੈਂ ਸੌਰੀ ਮੰਗਦਾ ਪਹਿਲਾਂ ਠੀਕ ਹੈ ਚਲੋ ਕਰਦੇ ਹਾਂ ਸ਼ੁਰੂ ਇਹ ਜਿੱਦਾਂ ਸੋਮਵਾਰ ਨੂੰ ਕਹਿੰਦੇ ਨੇ ਲੂਨੇ ਦੀ ਸੋਮਵਾਰ ਲੂਨੇ ਦੇ ਤੇ ਮੰਗਲਵਾਰ ਮਾਰਤੇ ਦੀ ਠੀਕ ਹੈ ਤੇ ਬੁੱਧਵਾਰ ਮਿਰਕੋਲੇ ਦੀ ਮਿਰਕੋਲੇ ਦੀ ਇਦਾਂ ਕਹਿਣਾ ਜਿੱਦਾਂ ਠੀਕ ਹੈ ਨਾ ਮਰਕਲਦੀ ਨਹੀਂ ਕਹਿਣਾ ਇਦਾਂ ਕਿਉਂਕਿ ਆਪਾਂ ਕਈ ਵਾਰ ਤੇਜ਼ੀ ਦੇ ਵਿੱਚ ਬੋਲਦੇ ਤਾਂ ਆਪਾਂ ਇੱਕ ਕੱਟ ਕਰ ਜਾਂਦੇ ਕਈ ਸ਼ਬਦ ਇਹਦਾ ਠੀਕ ਹੈ ਬੁੱਧਵਾਰ ਨੂੰ ਕਹਿੰਦੇ ਮਿਰਕੋਲੇ ਦੀ ਤੇ ਵੀਰਵਾਰ ਨੂੰ ਕਹਿੰਦੇ ਨੇ ਜਿਓਵੇ ਦੀ ਜਿਓਵੇ ਦੀ तो शुक्रवार को कहें ने वेने शुक्रवार वेने रेदी शनिवार साबा तो शनिवार साबा तो ऐतवार दो मैंने निका ਦੋ ਮੈਨੇਗਾ ਠੀਕ ਹੈ ਜੇ ਤੁਸੀਂ ਇੰਗਲਿਸ਼ ਦੇ ਵਿੱਚ ਜਾਣ ਕੇ ਸੌਰੀ ਇਟਾਲੀਅਨ ਦੇ ਵਿੱਚ ਤੁਸੀਂ ABC ਤੁਹਾਨੂੰ ਆਉਂਦੇ ਫਿਰ ਸੌਖੇ ਜਿਹਾ ਬੋਲਣੇ ਕੋਈ ਵੀ ਸ਼ਬਦ ਆਪਾਂ ਬੋਲਦੇ ਆਂ ਫਿਰ ਆਪਾਂ ਨੂੰ ਸਪੈਲਿੰਗ ਜਿਹੜਾ ਆਪਣੇ ਦਿਮਾਗ ਦੇ ਵਿੱਚ ਜਿੱਦਾਂ ਆ ਜਾਂਦਾ ਤਾਂ ਆਪਾਂ ਉਸ ਤਰੀਕੇ ਨਾਲ ਬੋਲਦੇ ਆਂ ਠੀਕ ਹੈ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਇਸ ਨੂੰ లైక్మెంట్ జరూర్ కరేయో ਤੇ షేర్ కరేయో ਤੇ ਜੇ ਤੁਹਾਡਾ ਕੋਈ ਆਪਣਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਜੇ ਆਪਾਂ ਉਹਦੇ ਬਾਰੇ ਵੀਡੀਓ ਬਣਾਵਾਂਗੇ ਆਪਾਂ ਇਟਾਲੀਅਨ ਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਇਟਾਲੀਅਨ ਦੇ ਵਿੱਚ ਆਪਾਂ ਵੀਡੀਓ ਬਣਾਈਆਂ ਹੋਈਆਂ ਬਹੁਤ ਜ਼ਿਆਦਾ ਚੈਨਲ ਦੇ ਉੱਪਰ ਬਟ ਪਹਿਲਾਂ ਨਹੀਂ ਸੀ ਜ਼ਿਆਦਾਤਰ ਜ਼ਿਆਦਾ ਆਪਣੇ ਦੇਖਦੇ ਬਟ ਹੁਣ ਆਪਣੀਆਂ ਵੀਡੀਓ ਬਹੁਤ ਦੇਖਦੇ ਨੇ ਤੇ ਡਿਮਾਂਡ ਵੀ ਆਉਂਦੀ ਹੈ ਇਦਾਂ ਕਿ ਸਾਡ ਨੂੰ ਇਸ ਚੀਜ਼ ਬਾਰੇ ਬਣਾਓ ਇਸ ਚੀਜ਼ ਬਾਰੇ ਬਣਾਓ ਠੀਕ ਹੈ ਤੇ ਇਹ ਸੀ ਆਪਣੀ ਇਦਾਂ ਛੋਟੀ ਜੀ ਇੱਕ ਫਰਮਾਇਸ਼ ਤੇ ਆਪਾਂ ਰਿਕਵੈਸਟ ਲਾ ਲਓ ਜਾਂ ਉਨਾਰੀ ਦਾ ਆਪਣਾ ਮੈਸੇਜ ਕੀਤਾ ਹੈ ਤੇ ਆਪਾਂ ਉੱਤੇ ਉਹਨਾਂ ਦੀ ਜਿੱਦਾਂ ਸੈੱਟ ਚੁਗਾ ਕੇ ਵੀਡੀਓ ਬਣਾਈਆਂ ਤੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਤੇ ਚੈਨਲ ਆਪਣ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਵੀਂ ਵੀਡੀਓ ਲੈ ਕੇ ਆਪਾਂ ਫਿਰ ਜਲਦੀ ਹਾਜ਼ਰ ਹੋਵਾਂਗੇ ਚਲੋ ਫਿਰ ਮਿਲਦੇ ਹਾਂ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ